ਤੁਸੀਂ ਕਦੀ ਸੋਚ ਸਕਦੇ ਹੋ ਕਿ ਬਿਨਾਂ ਸਿਲਾਈ ਤੋਂ ਵੀ ਕੱਪੜੇ ਪਾ ਸਕਦੇ ਹਾਂ, ਬਿਨਾਂ ਸਿਲਾਈ ਤੋਂ ਵੀ ਕੱਪੜੇ ਡਿਜ਼ਾਈਨ ਹੋ ਸਕਦੇ ਹਨ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਅੱਜ ਪਟਿਆਲਾ ਵਿੱਚ ਹੋਏ ਫੈਸ਼ਨ ਸ਼ੋਅ ਨੇ ਦਿੱਤਾ, ਜਿੱਥੇ ਪਹਿਲੀ ਵਾਰ ਰੈਂਪ ਤੇ ਡਿਜ਼ਾਈਨਰਾਂ ਦੁਆਰਾ ਮਾਡਲਾਂ ਨੇ ਬਿਨਾਂ ਸਿਲਾਈ ਦੇ ਕੱਪੜਿਆਂ ਦਾ ਪ੍ਰਦਰਸ਼ਨ ਕੀਤਾ। ਇਹ ਫੈਸ਼ਨ ਸ਼ੋਅ ਇਨਫਿਟ ਸੰਸਥਾ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੂੰ ਪਹਿਲੇ ਪ੍ਰਸਿੱਧ ਫਿਲਮੀ ਅਦਾਕਾਰਾਂ ਦੇ ਡਿਜ਼ਾਈਨਰ ਕਮਲਜੀਤ ਸਿੰਘ ਨੇ 2 ਦਿਨ ਦੇ ਲਈ ਟ੍ਰੇਨਿੰਗ ਦਿੱਤੀ। ਪਟਿਆਲਾ ਆਇਆ ਹਾਂ ਔਰ ਮੈਨੂੰ ਸਰਪ੍ਰਾਈਜ਼ ਹੋ ਰਿਹਾ ਹੈ, ਸ਼ੌਕ ਹੋ ਰਿਹਾ ਹੈ ਕਿ ਯਹਾਂ ਪੇ ਇਤਨਾ ਟੈਲੈਂਟ ਹੈ, ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹੂੰ ਮਾਨਿਕਾ ਜੀ ਕਾ, ਕੌਲ ਮਾਨਿਕਾ, ਐਂਡ ਕਿ ਮੁਝੇ ਯਹ ਆਪਰਚੁਨਿਟੀ ਮਿਲੀ ਇਨ ਬੱਚੋਂ ਕੇ ਸਾਥ। ਕੱਲ ਤੋਂ ਮੈਨੇ ਇਹਨੇ ਥੋੜ੍ਹਾ ਥੋੜ੍ਹਾ ਸਿਖਾਇਆ ਥਾ, ਔਰ ਆਜ ਇਤਨਾ ਟੈਲੈਂਟ ਉਭਰ ਉਭਰ ਕੇ ਆਇਆ ਹੂੰ। ਆਈ ਐਮ ਵੈਰੀ ਹੈਪੀ ਟੂ ਇਹਨੋਨੇ ਮੁਝੇ ਬੁਲਾਇਆ, ਇਹਨੋ ਦੋਨੋਂ ਭਾਗੀ ਮਤ, ਐਂਡ ਆਮ ਵੈਰੀ ਥੈਂਕਫੁਲ ਟੂ ਦੈਮ ਕਿ ਮੁਝੇ ਇਹ ਮੌਕਾ ਦਿਆ ਕਿ ਪਟਿਆਲਾ ਆਈ ਹੈ ਔਰ ਬੱਚੋਂ ਕੋ ਸਿਖਾਈ ਹੈ। ਹਮਾਰਾ ਥੀਮ ਜੋ ਹੈ ਇਟਸ ਆਲ ਅਬਾਊਟ ਆਊਟਫਿਟਸ ਬਿਨਾਂ ਸਿਲਾਈ ਕੀ ਹੋਏ, ਐਂਡ ਬਿਨਾਂ ਸਿਲਾਈ ਕੀ ਹੋਏ ਆਪ ਜੋ ਵੀ ਦੇਖ ਰਹੇ ਹੋ, ਸੂਈ ਧਾਗਾ ਨਹੀਂ ਲਗਾਇਆ ਗਿਆ ਹੈ, ਬਿਨਾਂ ਸਟਿਚ ਕਰੇ ਆਪ ਦੇਖ ਲੀਜੀਏਗਾ, ਪਿੰਸ ਲਗਾਇਆ, ਇਹ ਲਗਾਇਆ, ਕਿਸੀ ਕੋ ਸੂਈ ਧਾਗਾ ਅਲਾਊਡ ਨਹੀਂ ਕੀਆ ਗਿਆ। ਤੋ ਇਹ ਬਿਨਾਂ ਸਿਲੇ ਹੋਏ ਜੋ ਆਈ ਮੀਨ ਆਈ ਕੈਨ ਚੈਲੇਂਜ ਕਿ ਕੋਈ ਵਰਲਡ ਮੇ ਆਪ ਗੂਗਲ ਕਰ ਲੋ, ਜੋ ਵੀ ਕਰ ਲੋ, ਇਹ ਕਾਨਸੈਪਟ ਨਹੀਂ ਮਿਲੇਗਾ। ਬਹੁਤ ਹੀ ਬੜੀਆ ਐਕਸਪੀਰੀਅੰਸ ਥਾ, ਬੱਚੇ ਹੈ ਬੜੇ ਖੁਸ਼ ਹੈ ਕਿਉਂਕਿ ਉਨਕੋ ਕੁਛ ਨਯਾ ਸਿੱਖਣ ਕੋ ਮਿਲ ਰਹਾ ਹੈ, ਇੱਕ ਜੋ ਕਰੀਕੁਲਮ ਸਿਲੇਬਸ ਉਨਕਾ ਚਲਤਾ ਹੈ ਉਸਸੇ ਡਿਫਰੈਂਟ ਵੋ ਸਿੱਖ ਰਹੇ ਹੈ, ਔਰ ਜੋ ਹਮਾਰਾ ਕਨਸੈਪਟ ਹੈ ਨਯਾ ਕਿ ਵਿਦਾਊਟ ਅ ਸਿੰਗਲ ਸਟਿਚ ਵਿਦਾਊਟ ਸਟਿਚਿੰਗ ਦੇ ਆਰ ਪ੍ਰਿਪੇਰਿੰਗ ਗਾਰਮੈਂਟ ਵਿਚ ਇਜ਼ ਨਿਊ ਇਨ ਦਾ ਮਾਰਕੀਟ। ਠੀਕ ਹੈ ਜੀ, ਆਪਣੇ ਪਾਸ ਕੁਛ ਵੀ ਫੈਬਰਿਕ ਹੈ, ਕੁਛ ਵੀ ਹੈ, ਆਪ ਉਸਕਾ ਗਾਰਮੈਂਟ ਰੈਡੀ ਕਰ ਸਕਤੇ ਹੋ ਐਂਡ ਵਿਦ ਇਨ 10-15 ਮਿੰਟਸ। ਕੱਲ ਜੋ ਹਮਾਰੀ ਵਰਕਸ਼ਾਪ ਥੀ ਉਸਮੇ ਹਮਨੇ ਜੋ ਹਮਾਰੇ ਕਵਲਜੀਤ ਸਰ ਹੈ ਰਾਊਂਡ ਡਿਜ਼ਾਈਨਰ, ਉਹਨਾਂ ਨੇ ਸਿਖਾਇਆ ਕਿ ਕੈਸੇ ਆਪ ਡਰੇਪਿੰਗ ਕਰਨੀ ਹੈ, ਆਪਣੇ ਕੈਸੇ ਫੈਬਰਿਕ ਲੈਣਾ ਹੈ, ਕੈਸੇ ਅਲੱਗ ਅਲੱਗ ਡਿਜ਼ਾਈਨਸ ਆਪ ਕਰ ਸਕਤੇ ਹੋ। ਆਜ ਸੁਬਹ ਆ ਕੇ ਬੱਚੋਂ ਨੇ ਸਕੈਚਿੰਗ ਕਰੀ, ਸਬਸੇ ਪਹਿਲੇ 9-12 ਕਾ ਸਕੈਚਿੰਗ ਕਾ ਸੈਸ਼ਨ ਥਾ ਜਿਸਮੇ ਉਹਨੇ ਡਿਜ਼ਾਈਨ ਕ੍ਰੀਏਟ ਕਰੇ, ਫਿਰ ਉਸ ਡਿਜ਼ਾਈਨ ਕੋ ਉਹਨਾਂ ਨੇ ਇੰਪਲੀਮੈਂਟ ਕਰਾ ਗਾਰਮੈਂਟ ਬਣਾ ਕੇ, ਜੋ ਆਜ ਫੈਸ਼ਨ ਕੇ ਰੂਪ ਮੇ ਹਮ ਆਪਕੋ ਦਿਖਾਨੇ ਜਾ ਰਹੇ ਹੈ। 100+ ਸਟੂਡੈਂਟ ਹਮਾਰੇ ਹੈ ਜਿਨ੍ਹੋਨੇ ਵਰਕਸ਼ਾਪ ਮੇ ਪਾਰਟੀਸਪੇਟ ਕਰਾ ਹੈ, ਔਰ ਅਰਾਊਂਡ 10-15 ਐਜ਼ ਅ ਲਾਈਵ ਮਾਡਲ ਵੀ ਆਰ ਗੋਇੰਗ ਟੂ ਪ੍ਰੈਜੈਂਟ, ਕਿਉਂਕਿ ਨੋਰਮਲੀ ਜੋ ਹਮਾਰੀ ਡਰੇਪਿੰਗ ਹੋਤੀ ਹੈ ਹਮ ਡਮੀਜ਼ ਪੇ ਕਰਤੇ ਹੈ, ਮੈਨੀਕਿਊਰਜ਼ ਪੇ ਕਰਤੇ ਹੈ, ਬਟ ਹਮ ਲਾਈਵ ਮਾਡਲਸ ਕੇ ਉੱਪਰ ਕਰਕੇ ਵੋ ਰੈਂਪ ਵਾਕ ਕਰਵਾਏਂਗੇ। ਬਹੁਤ ਅੱਛਾ ਰਿਹਾ ਐਕਸਪੀਰੀਅੰਸ, ਹਮੇ ਬਹੁਤ ਕੁਛ ਸਿੱਖਣੇ ਕੋ ਮਿਲਾ, ਇਸਸੇ ਹਮੇ ਯੇ ਪਤਾ ਚਲਾ ਕਿ ਅਗਰ ਹਮ ਬਿਨਾਂ ਸਟਿਚ ਕਰੇ ਹੋਏ ਵੀ ਆਪਣੀ ਕਿਸੇ ਅਗਰ ਪਾਰਟੀ ਮੇ ਜਾਣਾ ਹੋ ਤੋ ਹਮ ਡਰੇਪਿੰਗ ਕਰਕੇ ਆਪਣੀ ਡਰੈਸਿਸ ਵਹਾਂ ਪੇ ਪ੍ਰੈਜੈਂਟ ਕਰ ਸਕਤੇ ਹੈ ਕਿਸੀ ਵੀ ਫੰਕਸ਼ਨ ਮੇ, ਐਂਡ ਇਟ ਵਾਜ਼ ਆਲ ਓਵਰ ਦ ਵੈਰੀ ਗੁੱਡ ਐਕਸਪੀਰੀਅੰਸ। ਪਟਿਆਲਾ ਤੋਂ SM1 ਨਿਊਜ਼ ਦੇ ਲਈ ਬਲਜੀਤ ਸਰਨਾ ਦੀ ਰਿਪੋਰਟ।